ਸਾਡੇ ਦਰਮਿਆਨ ਨਿਸ਼ਚਿਤ ਤੌਰ ਤੇ ਆ ਰਹੇ ਨੇ ਹੁਣ ਜੋਤ ਜਿਨ੍ਹਾਂ ਦੀ ਇੱਕ ਸੰਸਥਾ ਜਿਹੜੇ ਲੋਕ ਜਿਨ੍ਹਾਂ ਨੂੰ ਨਹੀਂ ਦਿਖਦਾ ਉਹਨਾਂ ਦੇ ਲਈ ਅੱਖਾਂ ਦਾਨ ਕਰਨ ਦੇ ਲਈ ਸਰੀਰ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਡਾਕਟਰ ਰਮੇਸ਼ ਜੀ ਆਏ ਨੇ ਉਧਰ ਸਾਡਾ ਵੀਰ ਰਣਜੀਤ ਚਨੇਰ ਜਿਹੜੇ ਵੀਰ ਨੇ ਆਪਣੇ ਪਰਿਵਾਰ ਦੇ ਵਿੱਚੋਂ ਚਾਰ ਸਰੀਰ ਗਰੇਵਾਲ ਸਾਹਿਬ ਚਾਰ ਸਰੀਰ ਤੇ ਦੋ ਕਹਿੰਦੇ ਜਿਹੜੇ ਅੱਖਾਂ ਦਾਨ ਕੀਤੀਆਂ ਨੇ ਉਹ ਵੀ ਕਹਿੰਦੇ ਡਾਕਟਰ ਰਮੇਸ਼ ਜੀ ਦੀ ਬਲਾਤ ਉਹਨਾਂ ਨੇ ਇਹਨਾਂ ਨੂੰ ਮੋਟੀਵੇਟ ਕੀਤਾ कारण ਉਹ ਹੈਗਾ ਅਗਿਆਨਤਾ ਅਨਪੜ੍ਹਤਾ ਸਾਧਨਾ ਦੀ ਘਾਟ ਕੁਝ ਡਾਕਟਰ ਕੁਛ ਨਹੀਂ ਕਰ ਸਕਦਾ ਸਾਰਾ ਸਮਾਜ ਰਲ ਕੇ ਕਰੂਗਾ ਤਾਂ ਅੱਖਾਂ ਦਾ ਜਾਗਰਤਾ ਆਊਗੀ ਸਾਡੇ ਦੇਸ਼ ਚ 30 ਲੱਖ ਤੋਂ ਵੱਧ ਲੋਕ ਨੇ ਜਿਹਨੂੰ ਅੱਖਾਂ ਦਾਨ ਦੀ ਲੋੜ ਹੈਗੀ ਹੈ ਉਹ ਜਿਹੜੇ ਕੰਧ ਬਣੇ ਬੈਠੇ ਆ ਸਾਡਾ ਦੇਖੋ ਆਮਦਨੀ ਪਰਿਵਾਰ ਦੇ ਰਣਜੀਤ ਸਿੰਘ ਜੀ ਨੇ ਸਾਡੇ ਸੁਭਾਸ਼ ਮਲਿਕ ਜੀ ਨੇ ਜੋ ਸਾਨੂੰ ਆਲਰੇਡੀ ਸੇਵਾ ਨਿਭਾਉਂਦੇ ਆ ਰਹੇ ਆ ਅੱਜ ਤੁਸੀਂ ਜਿਹੜਾ ਮੁਕਾਬਲਾ ਕਰਨ ਜਾ ਰਹੇ ਕਬੱਡੀ ਦਾ ਇਹ ਤੁਹਾਡੇ ਪਿੰਡ ਨਾਲ ਕਬੱਡੀ ਨਹੀਂ ਹੈ ਜੇ ਤੁਹਾਡੀ ਰੇਡ ਪੈਣੀ ਹੈ ਤੁਸੀਂ ਕਰਨੀ ਹੈ ਤੁਸੀਂ ਜੱਫੇ ਪਾਣੇ ਨੇ ਰੋਕਣਾ ਹੈਗਾ ਉਹ ਕੀ ਹੈ ਸਾਡੇ ਸਮਾਜ ਦੇ ਵਿੱਚ ਜਿਹੜੇ ਅਨਪੜ੍ਹਤਾ ਗਰੀਬੀ ਅੰਧ ਵਿਸ਼ਵਾਸ ਹੈ ਜੇ ਲੋਕ ਅੱਖਾਂ ਦਾਨ ਨਹੀਂ ਕਰਦੇ ਉਹ ਇੱਕ ਤਰ੍ਹਾਂ ਦੇ ਜਾਫੀ ਨੇ ਅਤੇ ਰੇਡ ਪਾਉਣ ਵਾਲੇ ਕੌਣ ਨੇ ਜਿਹੜੇ ਅੱਖਦਾਨੀ ਪਰਿਵਾਰ ਹੋ ਗਏ ਉਹ ਆਪਣਾ ਵਿਆਹ ਟਿਕਲ ਗਏ ਉਹ ਅੱਖਾਂ ਦਾਨ ਕਰ ਰਹੇ ਨੇ ਸਾਡੇ ਆਈ ਬੈਂਕ ਦੇ ਸਾਡੇ ਡਾਕਟਰਸ ਹੋ ਗਏ ਮੈਡੀਕਲ ਸਟਾਫ ਹੋ ਗਏ ਸਾਡੇ ਸੋਸ਼ਲ ਵਰਕ ਸੇਵਾਨ ਹੋ ਗਏ ਸਾਡੇ ਰਾਈਟਰ ਸੇਵਾਨ ਹੋ ਗਏ ਸਾਡੀ ਪ੍ਰੈਸ ਹੋ ਗਈ ਉਹ ਇੱਕ ਰੇਡਰ ਨੇ ਜੋ ਸਮਾਜ ਜਾਗਰਤੀ ਪੈਦਾ ਕਰਕੇ ਅੱਖਾਂ ਦਾਨ ਕਰਵਾ ਰਹੇ ਨੇ ਸੋ ਤੁਹਾਡੀ ਜਿਹੜੀ ਕਬੱਡੀ ਹੈਗੀ ਉਹ ਸਪੈਸ਼ਲ ਹੋਏਗੀ ਜਿਹਦੇ ਵਿੱਚ ਤੁਸੀਂ ਜਿਹੜਾ ਇੱਕ ਸਿੰਬੋਲਿਕ ਰੂਪ 'ਚ ਅੱਜ ਉਹਨੂੰ ਜਿੱਤਣਾ ਆਪਾਂ ਵੀ ਆਪਾਂ ਅੱਖਾਂ ਦਾਨ ਵਿੱਚ ਸ਼ਾਮਿਲ ਹੋ ਕੇ ਸਮਾਜਿਕ ਚੇਤਾ ਲੈ ਕੇ ਆਉਣੀ ਹੈ ਸੋ ਸਾਡੀ ਪੂਰੀ ਕਬੱਡੀ ਟੀਮ ਦੇ ਮੈਂਬਰ ਹੋ ਤੁਸੀਂ ਇਕੱਲੇ ਇਹ ਨਹੀਂ ਸੋਚਣਾ ਕਿ ਆਪਾਂ ਛੋਟੇ ਆਪਾਂ ਇੱਕ ਲੈਵਲ 'ਤੇ ਵਰਕ ਕਰੀਏ ਬਹੁਤ ਵੱਡੇ ਲੈਵਲ 'ਤੇ ਵਰਕ ਕਰ ਰਹੇ ਹਾਂ ਜਿਹੜੇ ਕਬੱਡੀ ਸਾਡੀ ਮਾਂ ਖੇਡ ਆਪਣੀ ਹੈਗੀ ਹੈ ਕਬੱਡੀ ਸੱਭਿਆਚਾਰ ਸਾਡੀ ਉਹਨੂੰ ਤੁਸੀਂ ਇੱਕ ਨਵਾਂ ਦਿਸ਼ਾ ਦੇਣੀ ਹੈਗੀ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸਮੁੱਚੇ ਸੰਸਾਰ ਨੂੰ ਦੱਸ ਸਕੀਏ ਵੀ ਪੰਜਾਬੀ ਕਿੰਨੇ ਜਾਗਰੂਕ ਨੇ ਸਾਨੂੰ ਬੜੀ ਮਾਣ ਦੀ ਗੱਲ ਹੈ ਸਾਰੇ ਸਮੁੱਚੇ ਸੰਸਾਰ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਆਪਾਂ ਜਿਹੜੇ ਅੱਖਾਂ ਦਾਨ ਜੋ 30 ਸਾਲ ਲੱਗੇ ਹੋਏ ਆ ਪੁਨਰਜੋਤਾ ਇਵੈਂਟ ਸੁਸਾਇਟੀ ਨੇ ਇੰਨਾ ਕੰਮ ਕੀਤਾ ਜਿਹਦੇ ਵਿੱਚ ਆਪਾਂ ਪੰਜਾਬ ਇੰਡੀਆ ਦਾ ਪਹਿਲਾ ਸੂਬਾ ਬਣ ਗਿਆ ਜਿੱਥੇ ਅੱਖਾਂ ਦਾਨ ਲੈਣ ਨੂੰ ਵੇਟ ਲਿਸਟ ਖਤਮ ਹੋ ਗਈ ਹੈ ਬਹੁਤ ਵੱਡੀ ਗੱਲ ਹੈਗੀ ਹੈ ਸੋ ਤੁਸੀਂ ਆਪਾਂ ਸਮੁੱਚੇ ਸੰਸਾਰ ਜਿਹੜੇ ਆਪਾਂ ਆਪਣੇ ਕਨਵੇਂਸ ਲਾਈ ਹੋਏ ਪੌਨੇ ਬੈਂਡਰਸ ਵੀ ਵਾਟੂ ਤੇ ਹਿੱਸਾ ਬਣ ਜਾ ਰਹੇ ਹੋ ਤੁਸੀਂ ਅੱਜ ਇਹ ਸੋਚ ਕੇ ਰੇਡ ਪਾਣੀ ਹੈ ਕਿ ਇਹ ਮਾਲਕਾ ਮੇਰੀ ਰੇਡ ਇੰਨੀ ਕਾਮਯਾਬ ਹੋਵੇ ਕਿ ਜੇ ਕੋਈ ਬੰਦਾ ਸਾਡੀ ਕਬੱਡੀ ਦੇਖਣ ਤੋਂ ਬਾਅਦ ਉਹਨਾਂ ਪਰਿਵਾਰਾਂ 'ਚ ਉਹਨਾਂ ਨੂੰ ਮਨ 'ਚ ਆਵੇ ਵੀ ਇਹ ਅੱਖਾਂ ਦਾਨ ਕਰਨੀ ਚਾਹੀਦੀਆਂ ਜਾਫੀ ਇੱਦਾਂ ਦਾ ਹੋਵੇ ਪਕੜ ਲਵੇ ਜਿਹੜੀਆਂ ਮਜਬੂਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੂਰ ਕਰੇ ਅਤੇ ਉਹਦੀ ਜਾਫੀ ਨੂੰ ਦੇਖ ਕੇ ਲੋਕ ਦੇ ਮਨ ਦਿਲ ਪਿਘਲ ਜਾਣ ਵੀ ਇੱਕ ਪਾਸੇ ਉਹ ਅੰਨਾ ਇਨਸਾਨ ਹੈਗਾ ਦੇਸ਼ੀ ਇਨਸਾਨ ਹੈ ਜਿਹੜਾ ਜੇ ਤਰਸਦਾ ਪਿਆ ਵੀ ਕੋਈ ਅੱਖਾਂ ਦਾਨ ਕਰੂਗਾ ਤਾਂ ਮੈਂ ਸਿਆਕਾ ਹੋ ਸਕਦਾ ਪਰ ਲੇਕਿਨ ਲੋਕ ਜਾਗਰੂਕ ਨਹੀਂ ਹੈ ਸੋ ਤੁਸੀਂ ਇੱਧਰ ਜਾਫੀ ਤੌਰ 'ਤੇ ਤੁਸੀਂ ਸੇਵਾ ਨਿਭਾਉਣੀ ਹੈਗੀ ਖੇਡ ਪੀਣੀ ਹੈਗੀ ਹੈ ਵੀ ਤੁਹਾਡੀ ਜਾਫੀ ਹੋ ਕੇ ਇਹਦੇ ਮਨ ਬਦਲੇ ਜੇ ਕਿਤੇ ਉਹਨੂੰ ਯਾਦ ਆ ਤੁਹਾਡੀ ਕਬੱਡੀ ਜੇ ਕਿਤੇ ਮੌਤ ਹੋਈ ਵੇ ਉਹ ਤੁਹਾਡੀ ਗੱਲ ਦੇਖ ਕੇ ਕਬੱਡੀ ਨੂੰ ਯਾਦ ਕਰਕੇ ਅੱਖਾਂ ਦਾਨ ਕਰਾ ਦੂਗਾ ਜੇ ਉਹਦੀਆਂ ਅੱਖਾਂ ਦੇ ਨਾਲ ਕੋਈ ਅੱਖਾਂ ਦਾਨ ਹੋਣਗੇ ਜਾਨ ਕਰਵਾਉਣ ਦੇ ਨਾਲ ਜੇ ਕੋਈ ਸਜਾਖਾ ਹੋਊਗਾ ਜਦੋਂ ਰੋਸ਼ਨੀ ਉਹਨੂੰ ਮਿਲੂਗੀ ਇਨਸਾਨ ਨੂੰ ਜਿਹੜਾ ਕੰਧ ਬਣਿਆ ਬੈਠੇ ਹੋਊਗਾ ਜਦੋਂ ਉਹ ਸੀਸਾ ਦੇਗਾ ਨਾ ਉਹ ਵੀਰੇ ਤੁਹਾਨੂੰ ਵੀ ਮਿਲਣੀ ਹੈ
ਸੋ ਤੁਸੀਂ ਇੱਕ ਮਹਾਨ ਕੰਮ ਕਰਨ ਜਾ ਰਹੇ ਹੈ, ਤੁਸੀਂ ਇੱਕ ਧਰਮ ਦਾ ਕੰਮ ਕਰਨ ਜਾ ਰਹੇ ਹੋ, ਤੁਸੀਂ ਇੱਕ ਇਨਸਾਨੀਅਤ ਦਾ ਕੰਮ ਕਰਨ ਜਾ ਰਹੇ ਹੋ। ਇਹ ਇਕੱਲੀ ਨਹੀਂ ਦੀ ਕਬੱਡੀ ਨਹੀਂ ਹੈਗੀ, ਇਹ ਮਾਨਵਤਾ ਦੀ ਕਬੱਡੀ ਹੈ, ਇਹ ਮਜਬੂਰੀਆਂ ਦੀ ਕਬੱਡੀ ਹੈਗੀ ਹੈ। ਜੋ ਸਾਡੇ ਦੇਸ਼ 30 ਲੱਖ ਤੋਂ ਵੱਧ ਲੋਕ ਨੇ, ਕਿਹੜੇ ਕੋਈ ਲੋਕ ਜਿਹੜੇ 50-60 ਲੱਖ ਰੁਪਏ ਕਰਕੇ ਔਰ ਟ੍ਰਾਂਸਪਲਾਂਟ ਨਹੀਂ ਕਰਵਾ ਸਕਦੇ, ਕਿਉਂਕਿ ਤੁਸੀਂ ਆਪਾਂ ਬਿਲਕੁਲ ਫ੍ਰੀ ਟ੍ਰਾਂਸਪਲਾਂਟ ਕਰਦੇ ਹੈਗੇ। ਸੋ ਮੈਨੂੰ ਉਮੀਦ ਹੈਗੀ ਹੈ ਤੁਸੀਂ ਇੱਕ ਵਧੀਆ ਢੰਗ ਦੇ ਨਾਲ ਕਰੋਗੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਹੁਣ ਹੀਰੋ ਬਣ ਕੇ ਉੱਭਰਨਾ ਹੈਗਾ ਸਮਾਨਤਾ ਦਾ, ਅਤੇ ਇਹਨੂੰ ਕੰਟੀਨਿਊਸ ਆਪਾਂ ਕੰਮ ਕਰਨਾ। ਮਨਜ਼ੂਰ ਆਪਾਂ ਸਾਰਿਆਂ ਨੂੰ, ਠੀਕ ਹੈ। ਸੋ ਜਿਵੇਂ ਤੁਸੀਂ ਹੁਣ ਅੱਜ ਆਪਾਂ ਕਬੱਡੀ ਤੋਂ ਪਹਿਲਾਂ ਮੇਰਾ ਇੱਕ ਫਰਜ਼ ਬਣਦਾ, ਮੈਂ ਤੁਹਾਡਾ ਸਮਝ ਲਓ ਇੱਕ ਛੋਟਾ ਜਿਹਾ ਤੁਹਾਡਾ ਕੋਚ ਸਮਝ ਲਓ, ਆਪਾਂ ਮੋਟੀਵੇਟਰ ਸਮਝ ਲਓ। ਜ਼ਿਆਦਾ ਮੋਟੀਵੇਟਰ ਇਹੀ ਨੇ ਜਿਵੇਂ ਜਿਹਨਾਂ ਦੇ ਪਰਿਵਾਰ ਦੀ ਵੀ ਅੱਖਾਂ ਦਾਨ ਇਹਨਾਂ ਨੇ ਕਰਵਾਈਆਂ ਹੈਗੀਆਂ, ਬੋਡੀ ਦਾਨ ਵੀ ਕਰਾਈਆਂ ਨੇ। ਭਾਈ ਸਾਹਿਬ ਵੀ ਨੁਸ਼ਕਾਮ ਸੇਵਾ ਕਰਦੇ, ਸਾਡੇ ਅਸ਼ੋਕ ਮਹਿਰਾ ਜੀ ਹੈਗੇ ਨੇ ਇੰਟਰਨੈਸ਼ਨਲ ਕੋਆਰਡੀਨੇਟਰ ਨੇ, ਜਿਹੜੇ ਦਿਨ ਰਾਤ ਇਹ ਸੋਚਦੇ ਨੇ ਕਿਵੇਂ ਕਰੀਏ ਆਪਾਂ। ਸੋ ਇਸੇ ਕਾਰਨ ਮੈਂ ਮੁਬਾਰਕਬਾਦ ਦਿੰਦਾ ਅਤੇ ਮਾਲਕ ਨੂੰ ਅਰਦਾਸ ਕਰਦਾ ਤੁਹਾਡੀ ਹਰ ਪਾਈ ਹੋਈ, ਤੁਹਾਡੇ ਹਰ ਕਦਮ ਜਿਹੜੇ ਹੈਗੇ ਆ ਉਹ ਸਾਡੇ ਆਉਣ ਵਾਲੇ ਅੱਖਾਂ ਦਾ ਰੋਸ਼ਨ ਸਹਾਈ ਹੋਵੇ। ਬਹੁਤ ਬਹੁਤ ਥੈਂਕ ਯੂ ਤੁਹਾਡਾ। ਦੇਖ ਬਹਾਰਾਂ ਆਈਆਂ ਸਾਡੇ ਵਿਹੜੇ ਵਿੱਚ, ਫਿਰ ਕਲੀਆਂ ਮੁਸਕਾਈਆਂ ਸਾਡੇ ਵਿਹੜੇ ਵਿੱਚ, ਚਾਰੇ ਪਾਸੇ ਫੈਲ ਗਿਆ ਸੰਗੀਤ ਮਗਰ, ਕਿਸਮਤ ਦਾ ਛੜਕਾਈਆਂ ਸਾਡੇ ਵਿਹੜ ਵਿੱਚ। ਮੁਬਾਰਕਬਾਦ ਇਹ ਪ੍ਰੀਤਮ ਸਿੰਘ ਜੀ, ਇਹ ਬਿੰਦਰ, ਅਸੀਂ ਅੱਜ ਇਸ ਮਿੱਟੀ ਦੇ ਵਿੱਚ ਬੇਨਤੀ ਕਰਦੇ ਹਾਂ ਪਰਮਾਤਮਾ ਨੂੰ, ਇਸ ਮਿੱਟੀ ਨੂੰ ਹੱਥ ਲਾ ਕੇ ਬੇਨਤੀ ਕਰਦੇ ਹੈ, ਇਹ ਖੇਡਾਂ ਇਸੇ ਤਰ੍ਹਾਂ ਚੱਲਦੀਆਂ ਰਹਿਣ, ਇਹਨਾਂ ਭਰਾਵਾਂ ਦਾ ਪਿਆਰ ਦੁਨੀਆਂ ਨੂੰ ਇੱਕ ਸੁਨੇਹਾ ਦਿੰਦਾ ਰਹੇ ਕਿ ਆਓ ਅੱਜ ਦੇ ਯੁੱਗ ਵਿੱਚ ਇੱਕ ਸੁਰ ਹੋ ਕੇ ਚੱਲੀਏ, ਇੱਕ ਰੇਖਾ ਤੇ ਤੁਰੀਏ, ਇੱਕ ਸੋਚ ਨਾਲ ਤੁਰੀਏ, ਇੱਕ ਸਾਂਝੀ ਮਾਨਤਾ ਦੇ ਨਾਲ ਤੁਰੀਏ। ਮੁਬਾਰਕਬਾਦ, ਕਬੱਡੀ ਜ਼ਿੰਦਾਬਾਦ, ਕਬੱਡੀ ਜ਼ਿੰਦਾਬਾਦ। ਡਾਕਟਰ ਸਾਹਿਬ ਨੂੰ ਬੇਨਤੀ ਹੈ ਉਹ ਆਪਣੀਆਂ ਟੀਮਾਂ ਦੇ ਗਰਾਊਂਡ ਦੇ ਵਿੱਚ ਲੈ ਆਉਣ, ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਿਹੜੇ ਲੋਕ ਹਜੇ ਵੀ ਡਰਦੇ ਨੇ। ਮਰਨ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ। ਅੱਖਾਂ ਦਾਨ ਕਰਨ ਲਈ ਪਿਛਲੇ 30 ਸਾਲ ਤੋਂ ਡਾਕਟਰ ਸਾਹਿਬ ਮੇਰੀ ਰਾਤ ਰਫ ਸਾਹਿਬ ਨਾਲ ਗੱਲ ਹੈਗੀ, ਅੱਖਾਂ ਸਾਡੇ ਕੋਲ ਇੰਨੀਆਂ ਪਈਆਂ ਨੇ, ਅਸੀਂ ਲੋਕਾਂ ਨੂੰ ਇਹ ਕਹਿਣਾ ਵੀ ਦੂਜੀਆਂ ਸਟੇਟਾਂ ਤੋਂ ਵੀ ਆ ਕੇ ਸਾਡੇ ਕੋਲ ਲੋਕ ਵੀ ਆ ਕੇ ਆਪਣੀਆਂ ਅੱਖਾਂ ਫ੍ਰੀ 'ਚ ਪਵਾ ਲੈਣ। ਇੰਨੀ ਕੁ ਮਹਾਰਾਜ ਦੀ ਕਿਰਪਾ ਹੈ ਉਸ ਸੰਸਥਾ ਨੂੰ, ਸਾਡੇ ਰਣਜੀਤ ਝਲੇਰ ਜੀ ਵੀ, ਕਿਉਂਕਿ ਇਸ ਪਰਿਵਾਰ ਨੇ ਦੋ ਸਰੀਰ ਔਰ 4 ਸਰੀਰਾਂ ਦੀਆਂ ਅੱਖਾਂ ਜਿਹੜੀਆਂ ਸਾਵਲ ਸੁਰ ਸਾਡੇ ਕੋਲ ਨੇ, ਸਰਦਾਰ ਰਣਜੀਤ ਸਿੰਘ ਜੀ ਝਲੇਰ, ਇਸ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਇਸ ਸੰਸਥਾ ਦੇ ਲਈ। ਅੱਜ ਬੇਰੁਜ਼ਗਾਰੀ ਔਰ ਜਿਹੜੇ ਲੋਕ ਅਗਿਆਨਤਾ ਦੇ ਵਿੱਚ ਫਸੇ ਹੋਏ ਨੇ ਜਾਂ ਜਿਹੜੇ ਲੋਕ ਅਨਪੜ੍ਹਤਾ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੇ ਲਈ ਇੱਕ ਮੈਸੇਜ ਹੋਵੇਗਾ ਇਹ ਮੈਚ। ਡਾਕਟਰ ਰਮੇਸ਼ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਲੋਕਾਂ ਨੂੰ ਮੇਰੇ ਵੀਰੋ ਜਾਗਰੂਕ ਕੀਤਾ ਹੈ ਅੱਖਾਂ ਦਾਨ ਕਰਨ ਦੇ ਲਈ, ਸਰੀਰ ਦਾਨ ਕਰਨ ਦੇ ਲਈ। ਅਸੀਂ ਡਾਕਟਰ ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰ ਰਹੇ, ਪਿਛਲੇ 30 ਸਾਲ ਤੋਂ ਆਪਣੀਆਂ ਅਣਥੱਕ ਨਿਰਵਿਘਨ ਸੇਵਾਵਾਂ ਇਸ ਲੋਕਾਈ ਨੂੰ ਦੇ ਰਹੇ ਨੇ, ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ। ਅੱਗੇ ਦੀ ਸ਼ਾਨ ਪੱਪੀ ਟ੍ਰਾਂਸਫਰ ਜੀ ਸਾਡੇ ਦਰਮਿਆਨ ਆਏ ਨੇ, ਐਮਐਲਏ ਸਾਹਿਬ ਉਹਨਾਂ ਇੱਥੇ ਪਹੁੰਚੇ ਹੋਏ, ਬਹੁਤ ਬਹੁਤ ਸਵਾਗਤ ਕੀਤਾ ਜਾ ਰਿਹਾ ਹੈ। ਮੌਜੂਦਾ ਸਰਕਾਰ ਦੇ ਐਮਐਲਏ ਸਾਹਿਬ ਪੱਪੀ ਪ੍ਰਾਸ਼ਚਰ ਜੀ ਸਾਡੇ ਦਰਮਿਆਨ, ਚਾਰਜ ਰਾਜ ਵੀ ਪੂਰੇ ਖੁਸ਼ ਹੈ, ਪੂਰਾ ਚਾਰਜ ਚੱਲਿਆ ਪਿਆ। ਲੈ ਭਾਈ ਫੋਟੋਆਂ ਫੇਰ ਖਿੱਚ ਲਾਂਗੇ, ਆਪਾਂ ਪਹਿਲਾ ਮੈਚ ਦੀ ਗੱਲ ਕਰ ਲਈਏ। ਲਓ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਹਾਡੀਆਂ ਫੋਟੋਆਂ ਨਾਲ ਹੀ ਇਹ ਪਲ ਜਿਹੜੇ ਆ ਸਾਂਭੇ ਜਾ ਰਹੇ ਆ। ਆਰ ਚਰਨੀ ਬਲੇਤਾ ਗਭਰੂ ਪਰ ਸਾਹਮਣੇ, ਮੈਨੂੰ ਇੱਕ ਗੱਲ ਦੱਸੀ, ਮੇਰਾ ਬਾਰ ਬਾਰ ਮਨ ਵਿੱਚ ਆਉਂਦਾ ਵੀ ਭਾਰਤ ਨਹੀਂ ਹੋਇਆ ਕਹਿਣ ਵਾਲਾ, ਉਹ ਵੀ ਇੱਥੇ ਕੈਮਰੀ ਟੀਮ ਵੀ ਕਈ ਸਾਲ ਜਿੱਤਦੀ ਰਹੀ ਹੈ। ਝੰਡੀ ਦੀ ਰਸਮ ਜਿਹੜੀ ਵੱਖਰੀ ਰਸਮ ਹੈ,
यह है मीरी नौजवान। एक मीरी कहते होंगे भी कंगा का बड़ा मशहूर होया, एक मीरी कहते सराला राणुआ का बड़ा मशहूर होया जिले नवे शहर का। हाँ देखो सिख सरदार गबरू नहीं दिशा पर सबने बहुत सोना पड़ देंगे वापस इधर पास ही। मलिक साहब भी, मलिक साहब जी तुहाडा भी बहुत योगदान है, तुहानू भी जी आया नो। और साडे दोस्त केवल सिंह जी हीरा वाले भी विशेष तौर पर आए हैं कि असी भी कैंप लाना है, असी भी डॉक्टर गए और उतो मन में आया भी यहोजा मेला मेरे पिंड भी होना चाहिए। और एक सोच सी और एक लंबी सोच सी और तुहानू मुबारकबाद है कि तुहाडा अपना मेले की खेड बड़ी मशहूर है। और मैदान में लवी गोपी देख सामने लाडी ने फिर कबड्डी पा दी है, फोटो खिंचिया जा रही ने, वड्डी टीम है, मनुखता की सेवा है। कहते पहले तो बच्चा पैदा होंगे फिर वो वड्डा होंगे और हौली मनुख बनता है, फिर मनुख तो इंसान बनता है, फिर इंसान बन के जिहड़ा मनुखता का सेवादार बनदियां यादा मेरे वीर हुण तक रहिंदी दुनिया तक जदों तक कबड्डी रहेगी अपनी टीम दे इक अंक दा वादा करदा होया। अगली रेस जो जेतू कैप्टन होगा अज दे इस कबड्डी कप दा आओ पता है मान सम्मान कीता जाऊगा ते साडे ढोल वजणगे लो सिमे ने अगली रेड पाउण दे लई तैयार है। खेल दे मैदान दे विच गोल जिहा लैणा वी हत्ते लोदे सिमे चढ़ जांदा जी राज नो खिलाड़ी पिंड दे उस्ताद जी माइक ते उधर सिमे ने पाती रेड दूसरा मैच खेडिया जाएगा जीवन एक बार मिलता है। मुबारक पुत्रा उम्र दस हजार तेरह 22 साल की उम्र है जो 21 साल की उम्र होती राकेश जी भी आ गए बहुत बड़ा योगदान पाया मेडिकल मेडिकल साइड पे दो बॉडियां देनी जिन्होंने एक पास जो अज्ञानी लोग ने उन्होंने टीम है तो एक पास डॉक्टर की टीम जरूर डॉक्टर साहब कहते थोड़ी दवाई होनी चाहिए है जी। प्लीज रिक्वेस्ट है प्रोफेसर मक्खण सिंह जी एदा कालिया लीकर जी टीम है ये जे कह रहे हैं अज्ञानी लोग जेड़े लोग अंधविश्वास के फसे हुए ने जा अनपढ़ लोग कहते इधर ज्ञानवान ने इधर जी अज्ञानवान ने ऐड़ा लग गया ए ज्ञान की मुहरी ऐड़ा ला दो आज्ञा बन जाती है। ये समा बलवान है वक्त की हर शय बलाम वक्त का हर शय बिलाम हरदा नहीं क्योंकि हरदा है तो हरा वक्त हरा एक पासे ज्ञान है दूसरे पासे भी ज्ञान है। आप देखो सामने ना फड़िया हुआ गुट डॉक्टर साहब कहते जी हिसाब किताब बराबर कर दूंगा ना या फिर तेरी प्रमोशन भी होनी मालिक साहब तो करवा देनी है। मालिक साहब आ देखो हो गया ना हिसाब किताब नहीं रिस है लै भी वाह भी मुड़िया अगली कबड्डी ओ वाह भाई वाह उधर कौन आ गया है दूरी है जट गड़ी परसाना वाला नहीं रिसा कबरूआ नहीं रिसा दे ये समाज सेव करे हाँ इधर से आ समाज सेवक है वाह भाई वाह अनपढ़ता है ये शो करती है कि अनपढ़ता आप पढ़िया बच्चे लिया है पर देखो सामने आओ आ कौन है डॉक्टर साहब इधर से अनपढ़ता है कि दूसरे पास कौन है समाज सेवी है जनेर साहब तुसी भी समाज सेवी है आओ देखो सामने मथा ते पहाड़ ना ला लिया है पर फिर भी कोई गल नहीं पुडारी भर जाते हैं बाजूला भी भर जाते हैं और अगली रेल जी है ना हम देखो सामने हूँ पता लगू आओ पुत पी के आऊंगे दुध ने हूँ पता लगूगा भी बोरी का दुध पीता है कि गऊ माता का लो वेखो 4% पीता है 2% पीता है कि मुंडेर साहब हाँ आओ वेखो
सामने बई धरती हिलदी है, बीला घूमन लग पिया है, मर तुरकी वाली गल तो बचा के रखे दुनिया नो। आओ दुआवा करिए आदि बाकी जी धरती हिलन वाली गल थी। बहुत सोहना मुकाबला है दोनों टीमों का। अगला मुकाबला शुरू हो जा रहा है। लै भी गोपी चुकला माइक नौजवान है, चोटी के गभरू आ गए है, प्रोफेसर मखन सिंह जी बहुत सत्कार योग ने। पंजाब की पहली हिस्ट्री पहली बार होया कबड्डी मैच के अखां दान जां सेहत सिक्ख्या नूं समर्पित आप एक प्रदर्शनी मैच खेडा गया, जिस मैच के पिछले जो 30 सालों तो लगातार मैं सेवा निभाता रहा। मेरे पास इन्ने अड़िके ने क्योंकि साडे देश च अन्नापन इन्ना ज़्यादा है, 30 लाख तो बाद लोग अखां दान की लोड़ हैगी है, कल्ला डॉक्टर जां एक संस्था नहीं कर सकते, सारे समुचे समाज की लोड़ हुंदी है। साडी जिहड़ी कबड्डी जिहड़ी साडी हैगी है, जिहदे राहीं आपां एक संदेश देने की कोशिश की कि जिहड़े अखां दान कराउण वाले बंदे ने, जिहड़े अखदानी हो गए, समाज सेवक हो गए, संस्थावां हो गईआं, डॉक्टर्स हो गए, वो फेल हो जांदे ने किहनां दे अगे, जिहड़ी साडे देश अनपढ़ता अंधविश्वास गरीबी ते सारिआं दे घर दे अगे बेबस हो जांदे ने। सो एक पासे टीम जिहड़ी सीगी अपने आई बैंक दे साडे डॉक्टर साहिबान, साडे समाज सेवक संस्थावां दे अखदानी सीगे, एक पासे साडे ये अड़िके सीगे, जिहदे आपां एक कबड्डी राहीं दर्शाउण की कोशिश की भी किन्ना औखा काम है। अल्टीमेटली आपां ओह जित हासिल की साडी पुन्नू टीम ने, वो जित की है 30 सालों तो लगातार जी अखा दान की मुहिम चलाते आ रहे। हूँ पंजाब इंडिया का पहला सूबा बन गया जिथे अखा दान लैण वेटिंग लिस्ट नहीं है। इस साडे अखदानी परिवारों का, साडे समाज सेवकों का, साडे संस्थावां का बड़ा रोल रहा। ये भी साडे बाबा दलीप सिंह स्पोर्ट्स वेलफेयर सोसायटी जो पिछले 20 सालों तो अपना साडे सेवा निभाती आ रही है, इन्हों वीर सू इना सहयोग हैगा जो पे जिते अपना चिट्टे मोती ऑपरेशन करते अखा का मिम कर भी साथ देंगे ने। साडे वड्डे भी सिंधु सिंधा जी जिहड़े कैन टल्लेवाल तो ने, जो साडे मोढ़ी साडे सानू मोटीवेट करते हैं, साडे केवल सिंह हीरा जी ते होर सारे साथी ने, भैन जी गुरचरण कौर जी जिन्हां ने हुण पिछे गाणा लिखिया जिहड़ा अंगदान समर्पित है, जिहड़ा साडे वीर गुरविंदर ते इहनां साथी ने, अज आपां गाणा भी अंगदान ते आपां इत्थे नाल अखां दान ते समर्पित करांगे समाज नूं। सो मैं समुचे समाज में बेनती करा भी आओ असी वहमा भरमा उठ के इस अज के जो अपना कबड्डी टीम के प्रदर्शनी मैच तो लैसन लेंदे हुए आप एक उस चंगा समाज सिरजिए, जिंदे जी भी आप सेवा करिए, मौत तो बाद अखा सेवा करिए। धन्यवाद।